वेलकम बैक टू माय चैनल। आज असी चले हां मेरे स्कूल, मतलब जिथे मैं 7th तो लेके 12th तक पढ़ी हां, मतलब वैसे ही चले हां बिकॉज हुण मैं कैनेडा चले जाना। थोड़ी मेमोरीज रिकॉल हो जाएंगी एंड टीचर्स मैनू कह रहे थे भी टीचर्स भी मैनू कह रहे थे भी जाने तो पहले सानू मिल के जाइयो, इस करके मैं स्कूल चली हाँ एंड आई एम एज नर्वस एज लाइक माई फर्स्ट डे। कि मेरा फर्स्ट डे इदा मैं फील हों स्टमक तो बटरफ्लाई, इन्नी ज़्यादा नर्वस एंड एक्साइटमेंट कि पुराने टीचर्स मिलूंगी उन्होंने तो की रिएक्शन होएगा की नहीं होगा, लिटल नर्वस, बहुत ज़्यादा नर्वस। उतर जाके हम मिलते हैं, तुम्हें स्कूल दिखाते हैं। तरक्कियां च है बहुत फंक्शंस किए थे, बहुत मेमोरीज है ये नाल ता। साडा गेम्स पीरियड सारा इत्थे निकलदा सी बिकॉज़ सारा इन्ना टेबल टेनिस खेला ना सी इन्ना ज्यादा हुला उबी तुसी कर दित्ती स्टार्ट। ਸਾਡੇ ਨਾਲ ਤੇ ਬਹੁਤ ਹੀ ਪਿਆਰੀ ਸਾਡੀ ਸਕੂਲ ਦੀ ਸਟੂਡੈਂਟ ਐਕਸ ਸਟੂਡੈਂਟ ਜਿਹਨੂੰ ਆਪਾਂ ਕਹਾਂਗੇ ਮਨਪ੍ਰੀਤ, ਜੋ ਕਿ ਇਸ ਟਾਈਮ 'ਤੇ ਸੋਸ਼ਲ ਇਨਫਲੂਐਂਸਰ ਵੀ ਹੈ ਔਰ ਬਹੁਤ ਸਾਰੇ ਲੋਕਾਂ ਨੂੰ ਇਨਫਲੂਐਂਸ ਕਰ ਰਹੀ ਹੈ ਆਪਣੇ ਟੈਲੈਂਟ ਦੇ ਨਾਲ। ਔਰ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਬੱਚੀ ਪੜ੍ਹੀ ਹੋਈ ਹੈ ਔਰ ਸਾਡੇ ਸਕੂਲ ਸਪੈਸ਼ਲ ਆਏ ਨੇ ਵੀ ਲੋਕ ਬਰਥਡੇ, ਸੋ ਵੀ ਆਰ ਵੈਰੀ ਥੈਂਕਫੁਲ ਟੂ ਹਰ। ਨਹੀਂ ਬਟ ਸੱਚੀ ਜਿਹੜਾ ਵੀ ਥੋੜ੍ਹਾ ਬਹੁਤ ਡਾਂਸ ਆਉਂਦਾ ਜਾਂ ਐਕਟ ਕਰਦਾ ਉਹ ਮੈਂ ਉਹਦੇ ਕਰਕੇ ਆਉਂਦਾ ਬਿਕੋਜ਼ ਮੈਂ ਤਾਂ ਮੈਨੂੰ ਇੰਨਾ ਫੋਰਸ ਕੀਤਾ ਹੋਇਆ ਨਾ ਕਿ ਨਹੀਂ ਤੂੰ ਪਾਰਟੀਸਪੇਟ ਕਰ। ਮੈਂ ਨਹੀਂ ਵੀ ਕਹਿੰਦੀ ਸੀ ਨਾ ਕਿਉਂਕਿ ਮੈਂ ਇੰਟਰੋਵਰਟ ਸੀਗੀ, ਮੈਂ ਕਿਸੇ ਚੀਜ਼ 'ਚ ਪਾਰਟੀਸਪੇਟ ਨਹੀਂ ਕਰਦਾ, ਮੈਂ ਵੀ ਸੀਗੇ ਫੋਰਸ ਕਰ ਗਿਆ ਤਾਂ ਨਹੀਂ ਤੂੰ ਕਰਨਾ ਨਹੀਂ ਤੂੰ ਕਰਨਾ, ਉਹਨਾਂ ਦੇ ਕਰਕੇ ਜਿਹੜਾ ਥੋੜ੍ਹਾ ਬਹੁਤ ਮੈਨੂੰ ਕੋਨਫੀਡੈਂਸ ਆਇਆ। ਥੈਂਕ ਯੂ ਸੋ ਮੱਚ, ਥੈਂਕ ਯੂ ਸੋ ਮੱਚ, ਯੂ ਆਰ ਬਲੈਸਿੰਗ ਮੀ। ਔਰ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਮੈਂ ਨਹੀਂ ਗਾਈਡੈਂਸ ਲੈਂਦੀ ਪਈ ਹਾਂ, ਮੈਮ ਤੁਹਾਡੇ 'ਚ ਟੈਲੈਂਟ ਹੈ ਤੁਸੀਂ ਕਿਉਂ ਨਹੀਂ ਕਰਦੇ ਪਏ ਔਰ ਮੈਂ ਕਿਆ ਬਾਕੀ, ਮੈਨੂੰ ਵੀ ਕਰਨਾ ਚਾਹੀਦਾ। ਸੋ ਆਈ ਸਟਾਰਟਡ ਮਾਈ ਆਲਸੋ ਬਟ ਆਈ ਐਮ ਰੀਅਲੀ ਥੈਂਕਫੁਲ ਟੂ ਹਰ ਕਿ ਸਾਡੇ ਸਕੂਲ ਆਏ ਨੇ ਵਿਜ਼ਿਟ ਕਰਨ ਲਈ ਔਰ ਬੱਚਿਆਂ ਨੂੰ ਮਿਲਣਗੇ ਔਰ ਸਾਡੇ ਸਕੂਲ ਦੇ ਸਪੈਸ਼ਲ ਆਏ ਨੇ। ਆਈ ਐਮ ਵੈਲਕਮ ਟੂ ਹਰ। डांटती मैं जरूर सी, मैं इन्हों को परमिशन ले लेंदी हुंदी सी कि तुसीं कल नूं इह ना कहो कि मैम तुसीं सानूं मारिया जां डांटिया, और फिर मैं कदी इन्हां तों नाराज़ हो जांदी सी ते मैं इह कहिंदी सी कि ठीक है अज तों बाद मैं तुहानूं डांटणा वी नहीं, मैं तुहानूं पढ़ाउणा वी नहीं, तुसीं किसे होर कोई पढ़ोगे। फिर इन्हां ने कहना नहीं मैम तुसीं तुहाडे कोल ही पढ़ना, भावें तुसीं सानूं मारो भावें डांटो जो मर्जी करो पर तुसीं पढ़ाओ, ते फिर पढ़ वी जांदे ਸਾਰਾ ਦਿਨ। ਔਰ ਇੱਕ ਹੋਰ ਮੈਂ ਤੁਹਾਨੂੰ ਦੱਸ ਰਹੀ ਹਾਂ, ਜੇ ਮੈਂ ਇਹਨਾਂ ਦੀ ਕਲਾਸ 'ਚ ਚਲੀ
ਜਿਹੜਾ ਪੀਰੀਅਡ ਹੈਗਾ ਵੀ ਭਾਵੇਂ ਨਹੀਂ ਵੀ ਇਹਨਾਂ ਨੇ ਨਹੀਂ ਬੋਲਣਾ ਕਿ ਮੈਮ ਤੁਹਾਡਾ ਪੀਰੀਅਡ ਨਹੀਂ ਹੈ ਔਰ ਮੈਂ ਪੜ੍ਹਾਈ ਜਾਣਾ ਇਹਨਾਂ ਨੇ ਪੜ੍ਹੀ ਜਾਣਾ ਨਾ ਕਿਸੇ ਟੀਚਰ ਨੇ ਮੈਨੂੰ ਡਿਸਟਰਬ ਕਰਨਾ ਹੁੰਦਾ ਸੀ ਕਿ ਮੈਮ ਪੜ੍ਹਾ ਰਹੇ ਕੋਈ ਨਹੀਂ ਪੜ੍ਹਾਈ ਜਾਣ ਦਾ ਨਾ ਇਹਨਾਂ ਨੇ ਕਹਿਣਾ ਸੀ ਮੈਡਮ ਤੁਹਾਡਾ ਪੀਰੀਅਡ ਹੈ ਉਹ ਮੈਂ ਦੋ ਤਿੰਨ ਪੀਰੀਅਡ ਲਾ ਲੈਣੇ ਫਿਰ ਦੂਸਰੇ ਟੀਚਰਸ ਨੇ ਆਉਣਾ ਕਹਿਣਾ ਮੈਡਮ ਸਾਡੇ ਪੀਰੀਅਡ ਰਹਿ ਗਏ ਅਤੇ ਸਾਨੂੰ ਵੀ ਪੜ੍ਹਾ ਲੈਣੇ ਅਤੇ ਫਿਰ ਮੈਂ ਸਭ ਤੋਂ ਜ਼ਿਆਦਾ ਟਾਈਮ ਸੀ ਮੈਮ ਨਾਲ ਸਪੈਂਡ ਕੀਤਾ ਇਹ ਚਾਰ ਤੋਂ ਵੀ ਜ਼ਿਆਦਾ ਮਿਲੋ ਜੀ ਸਰ ਨੇ ਸਾਨੂੰ ਸਪੋਰਟਸ ਇੰਨਾ ਕੁਛ ਸਿਖਾਇਆ ਅਸੀਂ ਜਿੰਨੇ ਵੀ ਮਤਲਬ ਟਰੋਫੀਜ਼ ਲਿਆਉਂਦੀਆਂ ਸੀਗੀਆਂ ਖਾਲਸਾ ਕਾਲਜ ਇੰਟਰਨੈਸ਼ਨਲ ਸਰ ਦੇ ਕਰਕੇ ਹੀ ਹੈ ਸਰ ਦਾ ਨਾਮ ਵੀ ਦੱਸੋ ਜ਼ਰੂਰ ਬੱਚੇ ਸਰ ਰੰਧਾਵਾ ਸਰ ਸਾਡੇ ਗੁਲਜ਼ਾਰ ਸਿੰਘ ਰੰਧਾਵਾ ਸਰ ਜੀ ਇਹ ਸਾਡੇ ਇੱਥੋਂ ਦੇ ਸਕੂਲ ਦੇ ਸੁਪਰਵਾਈਜ਼ਰ ਸਰ ਨੇ ਇਹਨਾਂ ਨੇ ਬੱਚਿਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਗਾਈਡ ਕੀਤਾ ਸਾਰਿਆਂ ਨੂੰ ਹਾਂ ਸਪੋਰਟਸ ਟੀਚਰ Student of our school, and we are quite reputed, famous also nowadays. And we are a source of inspiration for others also. I wish you all the good luck, bright future, good health, prosperity. God bless. Thank you so much. मैम मैं एक होर कॉन्ग्रेट्स होर कर दो एक कुड़ी कैनेडा जा रही है हुन तुहाडियां बेस्ट विशेस दे नाल और इस टाइम और ये रॉक ऑन कर रही है जी बच्चे साढ़े बहुत फॉलो कर रहे ने बड़े फैन ने दे इन्हों अच्छी अच्छी विशेस दो अपनियां Yeah.
After so long, Papa. Hey guys, thank you so much. Last that vlog, dekhali bahut pyar hua school to. And don't forget to like, comment, and share. And new vlogs on the range. So do subscribe the channel. Thank you so much, guys.